ਦੇਖਣਾ ਛੱਡ ਦੋ। ਆ ਜਿਹੜਾ ਵੱਡਾ ਛੋਟਾ, ਗਰੀਬ ਅਮੀਰ, ਊਚ ਨੀਚ, ਧਰਮੀ ਧਰਮੀ, ਇਹ ਛੱਡ ਦੋ ਕਹਿੰਦੇ। ਐਂ ਵੇਖਿਆ ਕਰੋ ਵੀ ਸਾਰਿਆਂ ਦੇ ਵਿੱਚ ਪਰਮਾਤਮਾ ਵੱਸਦਾ। ਜੇ ਆਪਾਂ ਇੱਦਾਂ ਵੇਖਣ ਲੱਗ ਜਾਈਏ ਨਾ, ਆਹ ਜ਼ਿੰਦਗੀ ਬਹੁਤ ਅੱਛੀ ਹੋ ਜੇ ਆਪਣੀ। ਹੁਣ ਦੇਖੋ, ਜਦੋਂ ਆਪਾਂ ਐਂ ਵੇਖਾਂਗੇ ਨਾ ਵੀ ਮੇਰੀ ਧੀ ਦੇ ਵਿੱਚ ਵੀ ਪਰਮਾਤਮਾ ਹੈ, ਜੇ ਮਾਵਾਂ ਸਾਡੀਆਂ ਇਹ ਵੇਖਣ ਵੀ ਮੇਰੀ ਬੇਟੀ ਦੇ ਵਿੱਚ ਵੀ ਪਰਮਾਤਮਾ ਵੱਸਦਾ, ਮੇਰੀ ਨੂੰਹ ਦੇ ਵਿੱਚ ਵੀ ਪਰਮਾਤਮਾ ਵੱਸਦਾ। ਪਰ ਸਾਡੀਆਂ ਮਾਤਾਵਾਂ ਇਹ ਸੋਚਦੀਆਂ ਨੇ ਧੀ ਦਾ ਪਿਆਰ ਆਉਂਦਾ ਤੇ ਨੂੰਹ ਦੇ ਨਾਲ ਨਫ਼ਰਤ ਹੈ। ਧੀ ਦੇ ਨਾਲ ਦੋ ਵਾਰ ਗੱਲਾਂ ਹੁੰਦੀਆਂ ਨੇ ਦਿਨ ਵਿੱਚ ਫੋਨ ਤੇ ਨੂੰਹ ਦੇ ਨਾਲ ਜਵਾਨ ਸਾਂਝੀ ਨਹੀਂ ਹੁੰਦੀ। ਇਹ ਸਮਝਦੀਆਂ ਨੇ, ਜਾਣੀ ਸਾਰਿਆਂ ਦਾ ਇਹ ਹਾਲ ਹੈ ਵੀ ਉਹ ਤਾਂ ਮੇਰੀ ਹੈ, ਉਹ ਬਗਾਨੀ ਧੀ ਹੈ। ਇੱਦਾਂ ਸਮਝਿਆ ਜਾਂਦਾ ਵੀ ਇਹ ਮੇਰੀ ਧੀ ਹੈ, ਉਹ ਮੇਰੀ ਧੀ ਹੈ, ਜਿਹਦੇ ਨਾਲ ਫੋਨ ਤੇ ਗੱਲਾਂ ਦੋ ਵਾਰੀ ਕਰੀਆਂ ਨੇ, ਇਹ ਆ ਜਿਹੜੀ ਆਈ ਹੈ ਇਹ ਤਾਂ ਬਗਾਨੀ ਹੈ। ਜਿਹੜੀ ਛੱਡ ਕੇ ਚਲੀ ਗਈ, ਆਪਣੇ ਹੱਥੀ ਡੋਲੀ ਚ ਬਿਠਾਇਆ ਜਿਹੜੀ ਨੂੰ, ਤੇ ਉਹਨੂੰ ਆਪਣੀ ਸਮਝੀ ਜਾਂਦੀ ਹੈ, ਤੇ ਜਿਹੜੀ ਨੂੰ ਡੋਲੀ ਚ ਪਾ ਕੇ ਪੁੱਤਰ ਆਪਣੇ ਪੱਲੇ ਲਾ ਕੇ ਲੈ ਕੇ ਆਇਆ ਉਹਨੂੰ ਬਗਾਨੀ ਸਮਝੀ ਜਾਂਦੀ ਹੈ। ਜੇ ਭਲਾ ਏਦਾਂ ਸਮਝਣ ਲੱਗ ਜਾਈਏ ਵੀ ਅਸਲ ਧੀ ਤਾਂ ਸਾਡੀ ਇਹ ਹੈ ਜਿਹੜੀ ਸਾਨੂੰ ਰੋਟੀ ਪਕਾ ਕੇ ਖਵਾਉਂਦੀ ਹੈ, ਸਾਡੀ ਸੇਵਾ ਕਰਦੀ ਹੈ, ਜਾਣੀ ਇਹ ਵਿਤਕਰਾ ਖਤਮ ਹੋ ਜੇ ਆਪਣਾ ਤੇ ਬਗਾਨੀ ਦਾ, ਆਪਣਾਪਣ ਤੇ ਬਗਾਨਾਪਣ ਲਿਕੜ ਜਾਵੇ ਅੰਦਰੋਂ, ਆਪਣਾ ਤੇ ਬਗਾਨਾਪਣ ਲਿਕੜ ਜਾਵੇ ਵੀ ਉਹਦੇ ਵਿੱਚ ਵੀ ਵਾਹਿਗੁਰੂ ਨੇ ਪੈਦਾ ਕੀਤਾ ਹੈ, ਨੂੰਹ ਨੂੰ ਵੀ ਉਹਨੇ ਪੈਦਾ ਕੀਤਾ, ਧੀ ਨੂੰ ਵੀ ਉਹਨੇ ਪੈਦਾ ਕੀਤਾ, ਪੁੱਤ ਨੂੰ ਵੀ ਉਹਨੇ ਪੈਦਾ ਕੀਤਾ, ਜਵਾਈ ਨੂੰ ਵੀ ਉਹਨੇ ਪੈਦਾ ਕੀਤਾ, ਉਹ ਸਾਰਿਆਂ ਦੇ ਵਿੱਚ ਹੈ ਵਾਹਿਗੁਰੂ।